ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ ਸਭ ਗੋਲੀ ਚਲਾਈ ਸੀ
ماتا صاحب بچنے پہن کو وہ گولی ٹھنڈی پائے کہ گرو صاحب مکے نہیں چٹ کے ٹھنڈی ہو کے پیچھے ڈگتی سی شری گرو تیغ بہادر صاحب شانت راسی پیسے طرح بیٹھے رہے سن یہ کارنامہ ہوا سی سب سنگے جی ساری مایا جی وہ لک کے لگے سن دھیر ملیے وہ ساری مارا صاحب جی نے واپس کرا دیتی سی مکھن صاحب تو یہ کہ گرو صاحب نے کیتے سی پھر امرتسر صاحب کے درشن کر کے آنندپور صاحب مہاراج نے بسایا سی کیوں گرو تیغ بہادر صاحب جی نے 1721 وکری امرتسر صاحب کی وساکھی کی تھی کہ پرگٹ ہوئے تو پھر مارے آنندپور صاحب بساخ کے مہینے واپس جا کے بساخ کے اندر ہی مہاراج صاحب کی ستائی وساخ میں تیرتھ پرساد پوجے ہیں تیرتھ پرساد کے سارے پریوار نے پرواسا دے کے سرگری ہرکرشن صاحب جی کی ماتا نے سرگروں کا جڑا سرو پاؤ سی ਅਤੇ ਸਰਦਿਆਂ ਦੀ ਮੰਜੀ ਸੀ ਉਹ ਗੁਰਾਂ ਨੂੰ ਅਰਪੀ ਕੇ ਮਹਾਰਾਜ ਸਾਡੇ ਵਾਸਤੇ ਰੱਖੀ ਸੀ ਉਹਨਾਂ ਨੇ ਉਹ ਸਰਦੀ ਦੀ ਮੰਜੀ ਕਾਰ ਕਰਕੇ ਅੱਗੇ ਜਾ ਕੇ ਆਨੰਦਪੁਰ ਸਾਹਿਬ ਵਿਖਾਇਆ ਸੀ 1,53,000 ਨੂੰ ਜਰ ਖਰੀਦ ਕੇ 5-5 ਕੋ ਤੱਕ ਧਰਤੀ ਮਾਰਿਆ ਨੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਿਖਾਇਆ ਸੀ ਉਹਨੇ ਮੱਖਣ ਸ਼ਾਹ ਨਾਲ ਹੀ ਗਿਆ ਸੀ ਫਿਰ ਮਾਰਾ ਨਵੇਂ ਪਾਤਸ਼ਾਹ ਦੇ ਮੁਲਕ ਦੀ ਰੱਖਿਆ ਕਰਨ ਵਾਸਤੇ ਕਸ਼ਮੀਰੀ ਬ੍ਰਾਹਮਣਾਂ ਦੇ ਬੇਨਤੀ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਸੀਸ ਦੇਣ ਵਾਸਤੇ ਗੁਰੂ ਕੰਜੀ ਕਰਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਇਹ ਹਿੰਦ ਦੀ ਰੱਖਿਆ ਕਿਵੇਂ ਹੋ ਸਕਦੀ ਹੈ ਸਤਿਗੁਰਾਂ ਨੇ ਕਿਹਾ ਸੀ ਕਿ ਮਹਾਰਾਜ ਕੋਈ ਮਹਾਂਪੁਰਖ ਸੀਸ ਦੇ ਤੇ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਕਿ ਜੇ ਆਗਿਆ ਹੋਵੇ ਤਾਂ ਅਸੀਂ ਰਾਏ ਦਈਏ ਮਹਾਰਾਜ ਜੇ ਤਾਂ ਲੋਕੀ ਭਾਲ ਗਏ ਆਪ ਜੈਸਾ ਮਹਾਂਪੁਰਖ ਕੌਣ ਹੈ ਆਪ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਸ੍ਰੀ ਤੋਂ ਜੇ ਆਪ ਦੇ ਸੀਸ ਦੇ ਮੁਲਕ ਦੀ ਰੱਖਿਆ ਹੋ ਸਕਦੀ ਹੈ ਤਾਂ ਸਾਨੂੰ ਭਾਵੇਂ ਮਹਾਰਾਜ ਗਰੀਬ ਜਾਣ ਕੇ ਅਨਾਥ ਜਾਣ ਕੇ ਹੀ ਛੱਡ ਜਾਓ ਅਸੀਂ ਸੱਚੇ ਪਾਤਸ਼ਾਹ ਇੱਕ ਹਾਰ ਲਵਾਂਗੇ ਪਰ ਕਿਰਪਾ ਕਰੋ ਮੁਲਕ ਦੀ ਰੱਖਿਆ ਜਿਵੇਂ ਹੋਵੇ ਉਵੇਂ ਕਰੋ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਨਵੇਂ ਪਾਤਸ਼ਾਹ ਨੇ ਕਿਹਾ ਬੜਾ ਅੱਛਾ ਹੋਇਆ ਸਾਡੇ ਅਸੀਂ ਪਰਖ ਕਰਨੀ ਚਾਹੁੰਦੇ ਸੀ ਹੁਣ ਤੁਸੀਂ ਸੰਗਤ ਨੂੰ ਸਾਂਭ ਲਵੋਗੇ ਲੋ ਜਾਓ ਅਸੀਂ ਜਾਣੇ ਸੀ ਦਿੰਦੇ ਹਾਂ ਉਹ ਨਵੇਂ ਪਾਤਸ਼ਾਹ ਨੂੰ ਕੁਰਬਾਨੀ ਕਰਕੇ ਕੋਈ ਰੇਤਾ ਹੋਵੇ ਤਾਂ ਸਾਡੇ ਬਾਜੀ ਲਿਆ ਕੇ ਜਾਣ ਇਸ ਪ੍ਰਕਾਰ ਕੁਰਬਾਨੀ ਨਵੇਂ ਪਾਤਸ਼ਾਹ ਜਦੋਂ ਦਿੱਲੀ ਵਿੱਚ ਜਾ ਕੇ ਕੀਤੀ ਰੰਗੇ ਬਾਦਸ਼ਾਹ ਮੈਂ ਕੋਈ ਜ਼ੋਰ ਨਾ ਚੱਲਿਆ ਮੁਸਲਮਾਨ ਬਣਾਉਣ ਤੱਕ ਮਹਾਰਾਜ ਨੂੰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਅਰਥ ਪੁੱਛਣ ਵਾਸਤੇ ਸੱਜੇ ਦੇ ਹਲਚੇਲ ਦੇ ਕੇ ਸੂਬੇ ਭੇਜੇ ਸਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮਗਰ ਦੀ ਪੰਚਮੀ ਨੂੰ ਸ੍ਰੀ ਪੰਚਮੀ ਨੂੰ ਇਸ਼ਨਾਨ ਕਰਕੇ ਖੂਹ ਤੋਂ ਸੀਸ ਗੰਜ ਆਏ ਸਨ ਕੁਟਵਾਲੀ ਤੋਂ ਨਿਕਲ ਕੇ ਕਿਉਂਕਿ ਪਾਤਸ਼ਾਹ ਜੀ ਜੈਸਾ ਉਹਦਾ ਪਾਠ ਕਰਕੇ ਜਦੋਂ ਗਰਦਨ ਕਹਾਂ ਤਾਂ ਕਿਸੇ ਰੇਡ ਕੇ ਧੰਨ ਮਾਰੋ ਭਾਈ ਜੋਤੇ ਦੀ ਝੋਲੀ ਮਾਰਿਆ ਸੀ ਸਿੱਧ ਕੇ ਪੈ ਗਿਆ ਸੀ ਧਾੜ ਰਹੇ ਕਿਸੇ ਨੂੰ ਨਹੀਂ ਲੱਗਦਾ ਉਸ ਵੇਲੇ ਸਤਿਗੁਰੂ ਸਾਹਿਬ ਦਾ ਸਰੀਰ ਦੀ ਜਿਹੜੀ ਲੋਕ ਸੀ ਉਹਨੇ ਸਰੀਰ ਨੂੰ ਸਾਧ ਸੰਗਤ ਦੀ ਸਤਿਕਾਰ ਵਾਸਤੇ ਡੋਂਡੀ ਪਟਾਈ ਰੰਗ ਗਏ 1400 ਡੋਂਡੀ ਹਿੰਦੂਆਂ ਦੀ ਸਿੱਖਾਂ ਦੀ ਸੀ ਉੱਥੇ ਦਿੱਲੀ ਵਿੱਚ ਕਿਸੇ ਹਸੀਆਂ ਨੇ ਕਦੇ ਹੋਈਆਂ ਸਾਨੂੰ ਕਤਲ ਨਾ ਕਰਦੇ ਪਰਿਵਾਰ ਸਮੇਤ ਉਹ ਲੱਖੀ ਸਾਹਿਬ ਜਿਹੜਾ ਸੀ ਬੰਜਾਰਾ ਤੇ ਭਾਈ ਮੱਖਣ ਸਾਹਿਬ ਵੀ ਕੋਲ ਵਿੱਚ ਉਸ ਨੇ ਬੰਜਾਰਾ ਬੈਲਾਂ ਦੇ ਨਾਲ ਵਪਾਰ ਕਰਿਆ ਕਰਦੇ ਕਾਂਡਾ ਇਸ ਪ੍ਰਕਾਰ ਕਾਂਡਾ ਕਰਕੇ ਕਾਂਡਾ ਨਾਲ ਸ਼ਹਿਰ ਲੈ ਕੇ ਆਇਆ ਸਾਧ ਸੰਗਤ ਜੀ ਉਸ ਤੋਂ ਇਹ ਪ੍ਰੇਮੀ ਦਿੱਲੀ ਵਿੱਚ ਰਕਾਵਟਾਂ ਵੀ ਕਹਿੰਦਾ ਸੀ ਰਕਾਵਟਾਂ ਵੀ ਖਾਓ ਸੀ ਉਸ ਥਾਂ ਤੋਂ ਆ ਕੇ ਬੈਲ 5,000 ਲਿਆ ਕੇ ਗੱਡੇ ਲਿਆ ਕੇ ਰੂੰਦ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਦਾ ਸੰਸਕਾਰ ਕਰਨ ਵਾਸਤੇ ਇਹ ਸੇਵਾ ਰੂੰਦ ਗੱਡਿਆਂ ਦੇ ਨਾਲ ਦੇ ਰਾਸਤੇ ਲਿਆ ਸੀ ਅਤੇ ਰਕਾਵਟਾਂ ਵੀ ਲਿਜਾ ਕੇ ਸਤਿਗੁਰੂ ਮਹਾਰਾਜ ਸਾਹਿਬ ਘਰ ਦਾ ਸੰਸਕਾਰ ਕੀਤਾ ਸੀ ਸਾਰੀਆਂ ਕੁਲੀਆਂ ਤੇ ਸਮਾਨ ਕੱਢ ਕੇ ਅੱਗ ਲਾ ਦਿੱਤੀ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਦੀ ਜੇ ਦਾ ਸੰਸਕਾਰ ਕਰਕੇ 5 ਡਾਗਰ ਉਸ ਵੇਲੇ ਮਹਾਰਾਜ ਸਾਹਿਬ ਦੀ ਖੈਰਾਸ ਦੀਆਂ ਘਰ ਤੋਂ ਉੱਥੇ ਦੁਨੀਆਂ ਦਾ ਗੁੱਟੀਆਂ ਸਨ ਜਿਹਨਾਂ ਦੀ ਕਿਸਾਨ ਵਾਰਾ ਫਿਰ ਗੁਰੂ ਕਰਮੀ ਘਰ ਜੀ ਨੇ ਉਹ ਮਹਾਰਾਜ ਸਾਹਿਬ ਦਾ ਰਕਾਵਟਾਂ ਵੀ ਗੁਰਦੁਆਰਾ ਜੋ ਦਿੱਲੀ ਆਏ ਸਨ ਉਦੋਂ ਵੀ ਦਸਮ ਪਾਤਸ਼ਾਹ ਨੇ ਸੇਵਾ ਕੀਤੀ ਸੀ ਫਿਰ ਜਦੋਂ ਜੀਤ ਸਿੰਘ ਪਾਲਕ ਮਾਤਾ ਸੁੰਦਰੀ ਦਾ ਪੁੱਤਰ ਉਸ ਤੋਂ ਦੇਣ ਦਾ ਸ਼ਕੀਰ ਮਰ ਗਿਆ ਸੀ ਖੂਹ ਦੇ ਕੇ ਸੁੱਟ ਕੇ ਉਸ ਵੇਲੇ ਉਹਨੇ ਮੁਸਲਮਾਨਾਂ ਨੇ ਕਬਜ਼ਾ ਕਰਕੇ ਮਸੀਤ ਬਣਾ ਲਈ ਸੀ ਉਸ ਥਾਂ 'ਤੇ ਭਾਈ ਭਗਵਾਨ ਸਿੰਘ ਜੀ ਦਿੱਲੀ 'ਚ ਗਏ ਹੈ ਜਿਹੜੇ ਗੁਰੂ ਸਾਹਿਬ ਦੇ ਸੱਚ ਝੰਡੇ ਹੈ ਉਹਨਾਂ ਦੀ ਸੇਵਾ ਫਿਰ ਸਿੰਘਾਂ ਨੇ ਉਸ ਵੇਲੇ ਸਿੰਘਾਂ ਨੇ ਗਏ ਦਿੱਲੀ ਦਾ ਮਾਲਕ ਬਣ ਗਏ ਸਨ ਉਸ ਵੇਲੇ ਗੁਰਦੁਆਰਿਆਂ ਦੀ ਸੇਵਾ ਕੀਤੀ ਸਿੰਘਾਂ ਨੇ ਉਦੋਂ ਦਾ ਰਕਾਵਟਾਂ ਸਾਹਿਬ ਗੁਰਦੁਆਰਾ ਬਣਿਆ ਹੋਇਆ ਸੀ ਅਤੇ ਸੀਸਗੰਜ ਗੁਰਦੁਆਰਾ ਸਾਹਿਬ ਸਿੰਘਾਂ ਨੇ ਉਦੋਂ ਬਣਾਇਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ
ਤੇਰੇ ਤੋਂ ਬਾਅਦ ਹੁਣ ਨਹੀਂ ਹੈ ਮਾਰ ਕੇ ਰਿਕਾਰਡ ਹੈ ਮਸੀਸ ਨੂੰ ਗੁਰਦੁਆਰੇ ਦੀ ਭਾਈ ਧਰਮ ਸਿੰਘ ਠੇਕੇਦਾਰ ਨੇ ਸੰਖ ਮਰਮਰ ਆਪਣਾ ਸਾਰਾ ਦਿੱਤਾ ਸੀ ਤੂੰ ਸੇਵਾ ਸੰਗਤਾਂ ਨੂੰ ਮਿਲ ਕੇ ਕੀਤੀ ਹੈ ਜੋ ਹੁਣ ਦਰਬਾਰ ਸਜ ਰਿਹਾ ਸਤਿਗੁਰਾਂ ਦਾ ਇਸ ਪ੍ਰਕਾਰ ਦੀ ਸੇਵਾ ਨਵੇਂ ਪਾਤਸ਼ਾਹ ਦੇ ਧਰਮ ਦੇ ਸਤਿਕਾਰ ਦੀ ਵੀ ਇਹ ਨਹੀਂ ਕੋਲ ਤੋਂ ਹੋਈ ਸੀ ਭਾਈ ਲੱਖੀ ਸਾਹਿਬ ਦਰਬਾਰੇ ਨੇ ਕੀਤੀ ਸੀ ਤੇ ਮੱਖੀ ਸਾਹਿਬ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਉਹਨਾਂ ਨੇ ਕਿਹਾ ਮਹਾਰਾਜ ਉਸੇ ਨਜ਼ਰ ਦੇ ਇਹ ਸਾਡੀ ਕੋਲ ਵਿੱਚ ਹੀ ਹੋਏ ਆ ਉਸ ਵੇਲੇ ਸੰਤਾ ਮਹਾਂਪੁਰਖਾਂ ਨੇ ਕਿਹਾ ਭਾਈ ਤੁਸੀਂ ਕਿਉਂ ਇਹਨਾਂ ਦੀ ਕੋਲੋਂ ਤੁਸੀਂ ਕਿਉਂ ਨਹੀਂ ਅੰਮ੍ਰਿਤ ਸਕਦੇ ਸਾਰਿਆਂ 10,000 ਅੰਮ੍ਰਿਤ ਦਾਨ ਕਰ ਲਿਆ ਸੀ ਕੋਈ ਵੀ ਖਾਲੀ ਨਹੀਂ ਸੀ ਰਿਹਾ ਸਭ ਰਹਿ ਧਰਨ ਵਾਲੇ ਕੁਰਬਾਨਾ ਗਾਤਰੇ ਪਾ ਕੇ ਸਭ ਨੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਸੀ ਸੰਤਾਂ ਨੇ ਇਹ ਸਾਹਿਬ ਸੰਗਤ ਜੀ 1964 ਦੀ ਗੱਲ ਹੈ 64 ਵਿੱਚ ਸੰਤ ਬਿਸ਼ਨ ਸਿੰਘ ਜੀ ਨੇ ਚੜ੍ਹਾਈ ਕੀਤੀ ਸੀ ਉੱਥੋਂ ਪੋਥੋਂ ਅਰਧ ਵਿਚਰ ਕੇ ਪ੍ਰਚਾਰ ਕੀਤਾ ਸੀ ਉਸ ਵੇਲੇ 1964 ਦੇ ਵਿੱਚ ਸੰਤ ਨੇ 15 ਮਾਘ ਨੂੰ ਸੰਤ ਬਿਸ਼ਨ ਸਿੰਘ ਜੀ ਨੂੰ ਸੱਚਖੰਡ ਜਾਣਾ ਕੀਤਾ ਆਪ ਜੀ ਨੇ ਉੱਥੇ ਦੁਸਹਿਰਾ ਮਨਾ ਕੇ ਫਿਰ ਸੱਜਣ ਦੇ ਮਹੀਨੇ 'ਚ ਅਤੇ ਟਾਂਡੇ ਜਾ ਕੇ ਸਿੱਖੀ ਦਾ ਹੋਲਾ ਮਹੱਲਾ ਮਨਾਇਆ ਸੀ ਅਤੇ ਉਦੋਂ ਬਾਅਦ ਨਵੇਂ ਤਾਂ 10ਵੇਂ ਪਾਤਸ਼ਾਹ ਦਾ ਗੁਰਪੁਰਬ ਬਹੁਤ ਹੀ ਸੱਚਵੀਂ ਦਾ ਮਨਾ ਕੇ 10,000 ਨੂੰ ਅੰਮ੍ਰਿਤ ਛਕਾਇਆ ਸੀ।